ਜਿਹੜੇ ਬੰਦੇ ਨੂੰ ਗਾਉਣਾ ਵਜਾਉਣਾ ਹੀ ਨਹੀਂ ਆਉਂਦਾ ਕੁਛ, ਨਾ ਕੋਈ ਲੈਣਾ ਨਾ ਦੇਣਾ, ਸੁਰ ਦੇ ਨੇੜੇ ਨਹੀਂ ਕੋਈ ਸਮਝ, ਨਹੀਂ ਕੋਈ ਗਾਇਕੀ ਦੀ ਸਮਝ ਨਹੀਂ। ਬਾਈ ਜੀ ਨੂੰ ਤਾਂ ਮਤਲਬ ਬਾਈ ਜੀ ਨੇ ਕਿੰਨੇ ਸਾਲ, ਤੁਹਾਨੂੰ ਸਾਰੀ ਦੁਨੀਆ ਨਹੀਂ ਪਤਾ ਹੈ ਨਾ ਉਹਨਾਂ ਦੇ, ਆਪ ਕਹਿੰਦੇ ਨੇ 22 ਸਾਲ ਦੇਖ ਲਓ ਤੁਸੀਂ 22 ਸਾਲ, ਅਤੇ ਉਹਦੀ ਉਮਰ ਕਿੰਨੀ, 24-25 ਸਾਲ ਦਾ ਹੋਣਾ ਉਹ। ਭਾਜੀ ਭਾਜੀ ਇਹੋ ਜਿਹੇ ਬੰਦੇ ਨੂੰ ਨੇੜੇ ਨਹੀਂ ਖੜਨ ਦਿੰਦੇ ਹੈਗੇ, ਉਹ ਇਹੋ ਜਿਹੇ ਇਹੋ ਜਿਹੀ ਐਨਰਜੀ ਨੂੰ ਨੇੜੇ ਨਹੀਂ ਖੜਨ ਦਿੰਦੇ। ਬਾਕੀ ਭਾਈ ਨੂੰ ਕੇਅਰ ਨਹੀਂ, ਉਹਨਾਂ ਕੋਲ 20 ਘੁੰਮਦੇ ਇਹੋ ਜਿਹੇ, ਦੁਨੀਆ 20 ਬੋਲਦੀ ਆ, 20 ਤੁਹਾਨੂੰ ਪਤਾ ਰੋਜ਼ ਕਮੈਂਟ ਅਸੀਂ ਰੀਲ ਪਾ ਦਈਏ ਸਾਡੀ ਕਮੈਂਟ ਥੱਲੇ, ਜੇ ਉਹ ਕਿਸੇ ਨਹੀਂ ਕਿਸੇ ਨੂੰ ਕਿਉਂ ਜੱਜ ਕਰਦਾ। ਜਿਵੇਂ ਤੁਹਾਨੂੰ ਮਿਲਦਾ ਨਾ ਤਾਂ ਮੈਨੂੰ ਨਾ ਹਮੇਸ਼ਾ ਇੰਡਸਟਰੀ ਦੇ ਨਾ ਬਹੁਤ ਸਾਰੇ ਕਲਾਕਾਰ ਯਾਦ ਆਉਂਦੇ ਆ, ਜਿਨ੍ਹਾਂ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਹੈ, ਭਾਵੇਂ ਦਿਲਜੀਤ ਜਾਂ ਕਰਨ ਹੋ ਜਾਵੇ, ਹੈ ਨਾ। ਤਾਂ ਮਤਲਬ ਮੈਂ ਇਸ ਟਾਈਮ ਦਿਲਜੀਤ ਦੀ ਗੱਲ ਕਰਨੀ ਚਾਹੂੰਗਾ ਕਿ ਜਿੱਦਾਂ ਦਾ ਮੁਕਾਮ ਉਹਨਾਂ ਨੇ ਹਾਸਿਲ ਕੀਤਾ ਹੋਇਆ ਹੈ ਨਾ, ਜਾਂ ਜਿੱਦਾਂ ਦਾ ਉਹ ਚੀਜ਼ਾਂ ਬਣ ਰਹੀਆਂ ਨੇ ਕਿ ਬਈ, ਕਿਉਂਕਿ ਕਈ ਲੋਕ ਇਲਜ਼ਾਮ ਵੀ ਲਾਉਂਦੇ ਨੇ ਹੈ ਨਾ, ਕਿਉਂਕਿ ਤੁਸੀਂ ਤਾਂ ਬੜਾ ਕਰੀਬੀ ਉਹਨਾਂ ਨੂੰ ਜਾਣਿਆ ਆ, ਹੈ ਨਾ, ਕੰਮ ਕੁੰਮ ਤੁਸੀਂ ਕੀਤਾ ਆ ਬਖੂਬੀ ਤਰੀਕੇ ਨਾਲ, ਅਤੇ ਜਿਹੜੇ ਲੋਕ ਇਲਜ਼ਾਮ ਵੀ ਲਾਉਂਦੇ ਅੱਜ ਦੇ ਟਾਈਮ 'ਚ ਕਿ ਹੁਣ ਨਸੀਬ ਵਾਲੀ ਜਿਹੜੀ ਕੰਟਰੋਵਰਸੀ ਹੋਈ ਹੋਈ ਆ, ਤਾਂ ਮੈਨੂੰ ਐਂ ਲੱਗਦਾ ਕਿ ਨਾ ਜਿਹੜੇ ਲੋਕ ਉਹਦੇ ਨਾਲ ਰਹਿ ਚੁੱਕੇ ਆ ਉਹ ਬੜਾ ਬਖੂਬੀ ਤਰੀਕੇ ਨਾਲ ਬਿਆਨ ਕਰ ਸਕਦੇ ਆ ਕਿ ਜੋ ਨਸੀਬ ਵੱਲੋਂ ਇਹ ਬੋਲਿਆ ਗਿਆ ਉਹ ਐਕਚੁਅਲ 'ਚ ਹੈਗਾ ਆ ਦਿਲਜੀਤ ਬਾਈ, ਕਿਉਂਕਿ ਸਾਨੂੰ ਪੰਜਾਬ ਨੂੰ ਪੂਰਾ ਬੜਾ ਮਾਣ ਮਹਿਸੂਸ ਹੁੰਦਾ ਹੈ ਜਿਵੇਂ ਦਿਲਜੀਤ ਡੇ ਬਾਈ ਡੇ ਹਾਈਟਸ ਅਚੀਵ ਕਰਦਾ ਜਾ ਰਿਹਾ। ਮੈਂ ਇੱਕੋ ਹੀ ਗੱਲ ਮਕਾਉਣ ਲੱਗਿਆ, ਪਤਾ ਨਹੀਂ ਮੈਂ ਤਾਂ ਲੈਣਾ ਹੀ ਕਿਸ ਤੋਂ ਪੱਖ ਨਹੀਂ ਹੈਗਾ, ਅਸੀਂ ਤਾਂ ਮਤਲਬ ਮੈਨੂੰ ਲੱਗਦਾ ਕਿ ਹੁਣ ਜਿਹੜੇ ਬੰਦੇ ਨੂੰ ਗਾਉਣਾ ਵਜਾਉਣਾ ਹੀ ਨਹੀਂ ਆਉਂਦਾ ਕੁਛ, ਨਾ ਕੋਈ ਲੈਣਾ ਨਾ ਦੇਣਾ, ਸੁਰ ਦੇ ਨੇੜੇ ਨਹੀਂ ਕੋਈ ਸਮਝ, ਨਹੀਂ ਕੋਈ ਗਾਇਕੀ ਦੀ ਸਮਝ ਨਹੀਂ। ਬਾਈ ਜੀ ਨੂੰ ਤਾਂ ਮਤਲਬ ਬਾਈ ਜੀ ਨੇ ਕਿੰਨੇ ਸਾਲ, ਤੁਹਾਨੂੰ ਸਾਰੀ ਦੁਨੀਆ ਨਹੀਂ ਪਤਾ ਹੈ ਨਾ ਉਹਨਾਂ ਦੇ, ਆਪ ਕਹਿੰਦੇ ਨੇ 22 ਸਾਲ ਦੇਖ ਲਓ ਤੁਸੀਂ 22 ਸਾਲ, ਅਤੇ ਉਹਦੀ ਉਮਰ ਕਿੰਨੀ, 24-25 ਸਾਲ ਦਾ ਹੋਣਾ ਉਹ। ਉਹ ਭਾਜੀ ਇਹ ਮੈਂ ਹੁਣ ਤੁਹਾਨੂੰ ਕੀ ਕਹਾਂ, ਬਸ ਉਹਨੂੰ ਸਮੱਤ ਬਖਸ਼ੇ ਪਰਮਾਤਮਾ, ਕੋਈ ਵੀ ਆ ਮਤਲਬ ਕਿਸੇ ਵਾਰ ਇੱਦਾਂ ਨਹੀਂ ਬੋਲਣਾ ਚਾਹੀਦਾ, ਉਹਨਾਂ ਨੇ ਬਹੁਤ ਮਿਹਨਤ ਕੀਤੀ, ਦੁਨੀਆ ਨੂੰ ਪਤਾ ਮਤਲਬ ਅਸੀਂ ਤਾਂ ਉਹਨਾਂ ਦੇ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਹੈਗੇ, ਮੈਨੂੰ ਲੱਗਦਾ ਕਿ ਭਾਈ ਦਾ ਪੈਰ ਦੇ ਨੋਹ ਵਰਗੇ ਵੀ ਹੈ ਨਹੀਂ ਹੈ ਨਾ, ਸਾਰੀ ਦੁਨੀਆ ਕਾਪੀ ਕਰਦੀ ਹੈ, ਹਰੇਕ ਬੰਦਾ ਉਹਨੂੰ ਫੋਲੋ ਕਰਦਾ, ਅਤੇ ਜਿਹੜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਯਾਰ, ਮੈਂ ਵੀ ਕੰਮ ਕੀਤਾ ਭਾਈ ਦੇ ਨਾਲ ਹੈ ਨਾ, ਅਤੇ ਮੈਂ ਆਲਵੇਜ਼ ਹੀ ਕਹਿਣਾ ਹਮੇਸ਼ਾ ਜਿੰਨੀ ਵੀ ਇੰਟਰਵਿਊਜ਼ ਕਹਾਂ ਆਲਵੇਜ਼ ਮਤਲਬ ਬਸ ਸਮੱਤ ਬਖਸ਼ੇ ਪਰਮਾਤਮਾ ਜਿਹੜੇ ਬੰਦੇ ਐਦਾਂ ਬੋਲਦੇ ਆ ਨਾ ਕਿਸੇ ਬਾਰੇ। ਭਾਈ 55,000-50,000 ਬੰਦਿਆਂ ਦਾ ਪੂਰਾ ਸਟੇਡੀਅਮ ਫੁੱਲ ਕਰਨਾ ਕੋਈ ਛੋਟੀ ਗੱਲ ਨਹੀਂ। ਭਾਜੀ ਭਾਜੀ ਇਹੋ ਜਿਹੇ ਬੰਦੇ ਨੂੰ ਨੇੜੇ ਨਹੀਂ ਖੜਨ ਦਿੰਦੇ ਹੈਗੇ, ਉਹ ਇਹੋ ਜਿਹੀ ਐਨਰਜੀ ਨੂੰ ਨੇੜੇ ਨਹੀਂ ਖੜਨ ਦਿੰਦੇ। ਬਾਕੀ ਮੈਂ ਤਾਂ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਉਹ ਭਾਜੀ ਇੱਥੇ ਹੀ ਯਾਰ ਬਹੁਤ ਰੁਲਦੇ ਫਿਰਦੇ ਆ, ਤੁਹਾਨੂੰ ਪਤਾ ਇੱਥੇ ਪਤਾ ਨਹੀਂ ਕੌਣ ਆ, ਮੈਂ ਤਾਂ ਕਦੇ ਮੈਂ ਕਦੇ ਹੁਣ ਦੇਖਿਆ ਸੀ ਉਹ ਤਾਂ ਇੰਸਟਾਗ੍ਰਾਮ ਜਾਂ, ਅਸੀਂ ਤਾਂ ਲੈਣਾ ਹੀ ਕੁਛ ਨਹੀਂ ਉਹ ਤੋਂ, ਪਤਾ ਨਹੀਂ ਬਸ ਉਹਨੂੰ ਮਤਲਬ ਪਰਮਾਤਮਾ ਸਮੱਤ ਬਖਸ਼ੇ ਜੀ ਲੋਕਾਂ ਨੂੰ। ਆਪਾਂ ਕਿਸੇ ਬਾਰੇ ਬੋਲਣ ਬਾਰੇ ਨਾ ਕਿਸੇ ਬਾਰੇ ਬੋਲਣਾ ਮਤਲਬ ਬਹੁਤ ਗਲਤ ਹੁੰਦਾ ਇੱਦਾਂ, ਚਲੋ ਬਾਕੀ ਭਾਈ ਨੂੰ ਕੇਅਰ ਨਹੀਂ, ਉਹਨਾਂ ਕੋਲ 20 ਘੁੰਮਦੇ ਇਹੋ ਜਿਹੇ, ਦੁਨੀਆ 20 ਬੋਲਦੀ ਆ, 20 ਤੁਹਾਨੂੰ ਪਤਾ ਰੋਜ਼ ਕਮੈਂਟ ਅਸੀਂ ਰੀਲ ਪਾ ਦਈਏ ਸਾਡੀ ਕਮੈਂਟ ਥੱਲੇ, ਜੇ ਉਹ ਕਿਸੇ ਨਹੀਂ ਕਿਸੇ ਨੂੰ ਕਿਉਂ ਜੱਜ ਕਰਦਾ, ਉਹ ਭਾਜੀ ਯਾਰ ਉਹਦੇ ਪਤਾ ਨਹੀਂ ਉਹ ਜੇ 20 ਆਉਂਦਾ। ਜਿਹੜੇ ਬੰਦੇ ਨੂੰ ਗਾਉਣਾ ਵਜਾਉਣਾ ਹੀ ਨਹੀਂ ਆਉਂਦਾ ਕੁਛ, ਨਾ ਕੋਈ ਲੈਣਾ ਨਾ ਦੇਣਾ, ਸੁਰ ਦੇ ਨੇੜੇ ਨਹੀਂ ਕੋਈ ਸਮਝ, ਨਹੀਂ ਕੋਈ ਗਾਇਕੀ ਦੀ ਸਮਝ ਨਹੀਂ। ਬਾਈ ਜੀ ਨੂੰ ਤਾਂ ਮਤਲਬ ਬਾਈ ਜੀ ਨੇ ਕਿੰਨੇ ਸਾਲ, ਤੁਹਾਨੂੰ ਸਾਰੀ ਦੁਨੀਆ ਨਹੀਂ ਪਤਾ ਹੈ ਨਾ ਉਹਨਾਂ ਦੇ, ਆਪ ਕਹਿੰਦੇ ਨੇ 22 ਸਾਲ ਦੇਖ ਲਓ ਤੁਸੀਂ 22 ਸਾਲ, ਅਤੇ ਉਹਦੀ ਉਮਰ ਕਿੰਨੀ, 24-25 ਸਾਲ ਦਾ ਹੋਣਾ ਉਹ। ਭਾਜੀ ਭਾਜੀ ਇਹੋ ਜਿਹੇ ਬੰਦੇ ਨੂੰ ਨੇੜੇ ਨਹੀਂ ਖੜਨ ਦਿੰਦੇ ਹੈਗੇ, ਉਹ ਇਹੋ ਜਿਹੇ ਇਹੋ ਜਿਹੀ ਐਨਰਜੀ ਨੂੰ ਨੇੜੇ ਨਹੀਂ ਖੜਨ ਦਿੰਦੇ। ਬਾਕੀ ਭਾਈ ਨੂੰ ਕੇਅਰ ਨਹੀਂ, ਉਹਨਾਂ ਕੋਲ 20 ਘੁੰਮਦੇ ਇਹੋ ਜਿਹੇ, ਦੁਨੀਆ 20 ਬੋਲਦੀ ਆ, 20 ਤੁਹਾਨੂੰ ਪਤਾ ਰੋਜ਼ ਕਮੈਂਟ ਅਸੀਂ ਰੀਲ ਪਾ ਦਈਏ ਸਾਡੀ ਕਮੈਂਟ ਥੱਲੇ, ਜੇ ਉਹ ਕਿਸੇ ਨਹੀਂ ਕਿਸੇ ਨੂੰ ਕਿਉਂ ਜੱਜ ਕਰਦਾ। ਜਿਵੇਂ ਤੁਹਾਨੂੰ ਮਿਲਦਾ ਨਾ ਤਾਂ ਮੈਨੂੰ ਨਾ ਹਮੇਸ਼ਾ ਇੰਡਸਟਰੀ ਦੇ ਨਾ ਬਹੁਤ ਸਾਰੇ ਕਲਾਕਾਰ ਯਾਦ ਆਉਂਦੇ ਆ, ਜਿਨ੍ਹਾਂ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਹੈ, ਭਾਵੇਂ ਦਿਲਜੀਤ ਜਾਂ ਕਰਨ ਹੋ ਜਾਵੇ, ਹੈ ਨਾ। ਤਾਂ ਮਤਲਬ ਮੈਂ ਇਸ ਟਾਈਮ ਦਿਲਜੀਤ ਦੀ ਗੱਲ ਕਰਨੀ ਚਾਹੂੰਗਾ ਕਿ ਜਿੱਦਾਂ ਦਾ ਮੁਕਾਮ ਉਹਨਾਂ ਨੇ ਹਾਸਿਲ ਕੀਤਾ ਹੋਇਆ ਹੈ ਨਾ, ਜਾਂ ਜਿੱਦਾਂ ਦਾ ਉਹ ਚੀਜ਼ਾਂ ਬਣ ਰਹੀਆਂ ਨੇ ਕਿ ਬਈ, ਕਿਉਂਕਿ ਕਈ ਲੋਕ ਇਲਜ਼ਾਮ ਵੀ ਲਾਉਂਦੇ ਨੇ ਹੈ ਨਾ, ਕਿਉਂਕਿ ਤੁਸੀਂ ਤਾਂ ਬੜਾ ਕਰੀਬੀ ਉਹਨਾਂ ਨੂੰ ਜਾਣਿਆ ਆ, ਹੈ ਨਾ, ਕੰਮ ਕੁੰਮ ਤੁਸੀਂ ਕੀਤਾ ਆ ਬਖੂਬੀ ਤਰੀਕੇ ਨਾਲ, ਅਤੇ ਜਿਹੜੇ ਲੋਕ ਇਲਜ਼ਾਮ ਵੀ ਲਾਉਂਦੇ ਅੱਜ ਦੇ ਟਾਈਮ 'ਚ ਕਿ ਹੁਣ ਨਸੀਬ ਵਾਲੀ ਜਿਹੜੀ ਕੰਟਰੋਵਰਸੀ ਹੋਈ ਹੋਈ ਆ, ਤਾਂ ਮੈਨੂੰ ਐਂ ਲੱਗਦਾ ਕਿ ਨਾ ਜਿਹੜੇ ਲੋਕ ਉਹਦੇ ਨਾਲ ਰਹਿ ਚੁੱਕੇ ਆ ਉਹ ਬੜਾ ਬਖੂਬੀ ਤਰੀਕੇ ਨਾਲ ਬਿਆਨ ਕਰ ਸਕਦੇ ਆ ਕਿ ਜੋ ਨਸੀਬ ਵੱਲੋਂ ਇਹ ਬੋਲਿਆ ਗਿਆ ਉਹ ਐਕਚੁਅਲ 'ਚ ਹੈਗਾ ਆ ਦਿਲਜੀਤ ਬਾਈ, ਕਿਉਂਕਿ ਸਾਨੂੰ ਪੰਜਾਬ ਨੂੰ ਪੂਰਾ ਬੜਾ ਮਾਣ ਮਹਿਸੂਸ ਹੁੰਦਾ ਹੈ ਜਿਵੇਂ ਦਿਲਜੀਤ ਡੇ ਬਾਈ ਡੇ ਹਾਈਟਸ ਅਚੀਵ ਕਰਦਾ ਜਾ ਰਿਹਾ। ਮੈਂ ਇੱਕੋ ਹੀ ਗੱਲ ਮਕਾਉਣ ਲੱਗਿਆ,
ਪਤਾ ਨਹੀਂ, ਮੈਂ ਤਾਂ ਲੈਣਾ ਹੀ ਕਿਸ ਤੋਂ ਕੱਖ ਨਹੀਂ ਹੈਗਾ। ਅਸੀਂ ਤਾਂ ਮਤਲਬ ਮੈਨੂੰ ਲੱਗਦਾ ਕਿ ਹੁਣ ਜਿਹੜੇ ਬੰਦੇ ਨੂੰ ਗਾਉਣਾ ਵਜਾਉਣਾ ਹੀ ਨਹੀਂ ਆਉਂਦਾ ਕੁਛ, ਨਾ ਕੋਈ ਲੈਣਾ ਨਾ ਦੇਣਾ, ਸੁਰ ਦੇ ਨੇੜੇ ਨਹੀਂ, ਕੋਈ ਸਮਝ ਨਹੀਂ, ਕੋਈ ਗਾਇਕੀ ਦੀ ਸਮਝ ਨਹੀਂ। ਬਾਈ ਜੀ ਨੂੰ ਤਾਂ ਮਤਲਬ ਬਾਈ ਜੀ ਨੇ ਕਿੰਨੇ ਸਾਲ, ਤੁਹਾਨੂੰ ਸਾਰੀ ਦੁਨੀਆ ਨਹੀਂ ਪਤਾ ਹੈ ਨਾ ਉਹਨਾਂ ਦੇ, ਦੇਖ ਲਓ ਤੁਸੀਂ 22 ਸਾਲ, ਅਤੇ ਉਹਦੀ ਉਮਰ ਕਿੰਨੀ, 24-25 ਸਾਲ ਦਾ ਹੋਣਾ ਉਹ। ਪਰ ਇਹ ਮੈਂ ਹੁਣ ਤੁਹਾਨੂੰ ਕੀ ਕਹਾਂ, ਬਸ ਉਹਨੂੰ ਸਮੱਤ ਬਖਸ਼ੇ ਪਰਮਾਤਮਾ। ਕੋਈ ਵੀ ਆ ਮਤਲਬ ਕਿਸੇ ਬਾਰੇ ਇੱਦਾਂ ਨਹੀਂ ਬੋਲਣਾ ਚਾਹੀਦਾ, ਉਹਨਾਂ ਨੇ ਬਹੁਤ ਮਿਹਨਤ ਕੀਤੀ, ਦੁਨੀਆ ਨੂੰ ਪਤਾ। ਮਤਲਬ ਅਸੀਂ ਤਾਂ ਉਹਨਾਂ ਦੇ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਹੈਗੇ, ਮੈਨੂੰ ਲੱਗਦਾ ਕਿ ਭਾਈ ਦਾ ਪੈਰ ਦੇ ਨੋਹ ਵਰਗੇ ਵੀ ਹੈ ਨਹੀਂ, ਹੈ ਨਾ। ਸਾਰੀ ਦੁਨੀਆ ਕਾਪੀ ਕਰਦੀ, ਹਰੇਕ ਬੰਦਾ ਉਹਨੂੰ ਫੋਲੋ ਕਰਦਾ। ਅਤੇ ਜਿਹੜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਯਾਰ, ਮੈਂ ਵੀ ਕੰਮ ਕੀਤਾ ਭਾਈ ਦੇ ਨਾਲ, ਹੈ ਨਾ। ਅਤੇ ਮੈਂ ਆਲਵੇਜ਼ ਹੀ ਕਹਿਣਾ ਹਮੇਸ਼ਾ ਜਿੰਨੀ ਵੀ ਇੰਟਰਵਿਊਜ਼ ਕਹਿਣਾ, ਆਲਵੇਜ਼ ਹੁਣ ਮਤਲਬ ਸਮੱਤ ਬਖਸ਼ੇ ਪਰਮਾਤਮਾ ਜਿਹੜੇ ਬੰਦੇ ਇੱਦਾਂ ਬੋਲਦੇ ਆ ਨਾ ਕਿਸੇ ਬਾਰੇ। ਭਾਈ 55-50 ਹਜ਼ਾਰ ਬੰਦਿਆਂ ਦਾ ਪੂਰਾ ਸਟੇਡੀਅਮ ਫੁੱਲ ਕਰਨਾ ਕੋਈ ਛੋਟੀ ਗੱਲ ਨਹੀਂ ਭਾਜੀ। ਭਾਜੀ ਇਹੋ ਜਿਹੇ ਬੰਦੇ ਨੂੰ ਨੇੜੇ ਨਹੀਂ ਖੜਨ ਦਿੰਦੇ ਹੈਗੇ, ਉਹ ਇਹੋ ਜਿਹੀ ਐਨਰਜੀ ਨੂੰ ਨੇੜੇ ਨਹੀਂ ਖੜਨ ਦਿੰਦੇ। ਬਾਕੀ ਮੈਂ ਤਾਂ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਉਹ ਭਾਜੀ ਇੱਥੇ ਹੀ ਯਾਰ ਬਹੁਤ ਰੋਲਦੇ ਫਿਰਦੇ ਆ, ਤੁਹਾਨੂੰ ਪਤਾ ਇੱਥੇ ਪਤਾ ਨਹੀਂ ਕੌਣ ਆ। ਮੈਂ ਤਾਂ ਕਦੇ ਨਾ ਕਦੇ ਹੁਣ ਦੇਖਿਆ ਸੀ ਉਹਦਾ ਇੰਸਟਾਗ੍ਰਾਮ ਜਾਂ, ਅਸੀਂ ਤਾਂ ਲੈਣਾ ਹੀ ਕੁਛ ਨਹੀਂ ਉਹ ਤੋਂ, ਪਤਾ ਨਹੀਂ ਬਸ ਉਹਨੂੰ ਮਤਲਬ ਪਰਮਾਤਮਾ ਸਮੱਤ ਬਖਸ਼ੇ ਜੇ ਲੋਕਾਂ ਨੂੰ। ਆਪਾਂ ਕਿਸੇ ਬਾਰੇ ਬੋਲਣ ਬਾਰੇ ਨਾ, ਕਿਸੇ ਬਾਰੇ ਬੋਲਣਾ ਮਤਲਬ ਬਹੁਤ ਗਲਤ ਹੁੰਦਾ ਇੱਦਾਂ। ਚਲੋ ਬਾਕੀ ਭਾਈ ਨੂੰ ਕੇਅਰ ਨਹੀਂ, ਉਹਨਾਂ ਕੋਲ 20 ਘੁੰਮਦੇ ਆ ਜੇ ਦੁਨੀਆ 20 ਬੋਲਦੀ ਆ, 20 ਤੁਹਾਨੂੰ ਪਤਾ ਰੋਜ਼ ਕਮੈਂਟ ਅਸੀਂ ਰੀਲ ਪਾ ਦਈਏ ਸਾਡੀ ਕਮੈਂਟ ਥੱਲੇ, ਜੇ ਉਹ ਕਿਸੇ ਨਹੀਂ ਕਿਸੇ ਨੂੰ ਕਿਉਂ ਜੱਜ ਕਰਦਾ ਉਹ ਭਾਜੀ ਯਾਰ। ਉਹਦੇ ਪਤਾ ਨਹੀਂ ਉਹ ਜੇ 20 ਆਉਂਦਾ।